ਪੰਜਾਬ 'ਚ ਕੋਰੋਨਾ ਵਾਇਰਸ ਦੇ ਨਾਲ ਮਰਨ ਵਾਲੇ ਵਿਅਕਤੀਆਂ ਦੀ ਮੌਤ 5 ਹੋ ਗਈ ਹੈ। ਅੱਜ 2 ਅਪ੍ਰੈਲ ਵਾਲੇ ਦਿਨ ਸਵੇਰੇ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਵੀ ਕੋਰੋਨਾ ਨਾਲ ਲੜਦੇ ਹੋਏ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਇਸ ਖਬਰ ਦੇ ਨਾਲ ਸਿੱਖ ਜਗਤ 'ਚ ਭਾਰੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਹੁਣ ਭਾਈ ਨਿਰਮਲ ਸਿੰਘ ਖਾਲਸਾ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਬਾਰੇ ਦੱਸਿਆ ਜਾ ਰਿਹਾ ਕਿ ਖੁਦ ਭਾਈ ਸਾਹਿਬ ਤੁਰ ਕੇ ਹਸਪਤਾਲ ਨੂੰ ਜਾ ਰਹੇ ਨੇ। ਤਸਵੀਰਾਂ ਤੁਸੀਂ ਆਪ ਹੀ ਦੇਖੋ। इस तो इलावा भाई निर्मल सिंह खालसा की एक तस्वीर जाकिर हुसैन तो इलावा 4 होर व्यक्तियों नाल खड़े हुए दिखाई देती है। यह तस्वीर 27 फरवरी दसी जाती है। पंजाब च कोरोना वायरस का कहर लगातार वाधा जा रहा है। हुण तक सूबे के अंदर 48 मामले सामने आ चुके हैं ते 5 मौत हो चुकिया ने। अमृतसर तो सुखचैन सिंह की रिपोर्ट, ग्लोबल पंजाब टीवी।